ਉਹਦਾ ਪੇਕਾ ਘਰ ਪੇਕਾ ਹੀ ਹੁੰਦਾ, ਜੋ ਪੇਕੇ ਵਾਲਿਆਂ ਤੁਹਾਡੀ ਇੱਜ਼ਤ ਕਰਦੇ ਆ ਉਹ ਹੋਰ ਕਿਤੇ ਨਹੀਂ ਮਿਲਦੇ। ਮੈਂ ਸਿੱਧੀ ਗੱਲ ਕਹਿੰਦੀ ਆ, ਪਿੱਛੇ ਜੇ ਮੇਰੇ ਭਰਾ ਦਾ ਵਿਆਹ ਸੀ, ਵੇਖ ਲਾ ਭਾਵੇਂ ਉਹਨਾਂ ਕੋਲ ਕਿ ਗੱਡੀਆਂ 'ਚ ਜਗ੍ਹਾ ਨਹੀਂ ਬਚੀ ਮੈਨੂੰ ਬਿਠਾਉਣ ਨੂੰ, ਮੈਨੂੰ ਭਾਵੇਂ ਤੇਰੀ ਉਹ ਬਰਾਤ ਵਾਲੀ ਬੱਸ 'ਚ ਜਾਣਾ ਪਿਆ, ਪਰ ਕਿਤੇ ਮੇਰਾ ਪੂਰਾ ਟੌਰ। ਅਤੇ ਆ ਮੇਰੇ ਸਹੁਰੇ ਇੱਧਰ ਦੇਰ ਦਾ ਵਿਆਹ ਸੀ, ਜਿਹੜੀ ਇਹਨਾਂ ਨੇ ਨਿੰਮੋ ਜਿੰਦ ਗੱਡੀ ਕੀਤੀ ਮੈਨੂੰ ਉਹ 'ਚ ਬਿਠਾਇਆ, ਪਰ ਮੈਨੂੰ ਇੱਕ ਵਾਰ ਨਹੀਂ ਕਿਸੇ ਨੇ ਆ ਕੇ ਪੁੱਛਿਆ ਵੀ ਤੂੰ ਠੀਕ ਆ, ਵੀ ਤੈਨੂੰ ਕੁਛ ਚਾਹੀਦਾ ਤਾਂ ਨਹੀਂ, ਵੀ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ। ਇਹਨਾਂ ਦੇ ਸਹੁਰੇ ਇਹ ਜਦੋਂ ਤੇਰਾ ਸੂਟ ਬਣਾਏ ਵਰੀ ਬਣਾਈ, ਐਡਾ ਮੈਨੂੰ 10,000 ਦੇ ਰੁਪਈਏ ਦਾ ਪਲਾਜਾ ਜਿਹਾ ਲੈ ਕੇ ਦੇ ਦਿੱਤਾ, ਤੇਰਾ ਐਡਾ ਖੁੱਲ੍ਹਾ ਲਾਚਾ ਜਿਹਾ ਕਿਤੇ ਹੈ। ਅਤੇ ਮੇਰੇ ਭਰਾ ਦਾ ਵਿਆਹ ਸੀ, ਭਾਵੇਂ ਉਹਨੇ ਮੈਨੂੰ 500 ਦਾ ਹੀ ਸੂਟ ਲੈ ਕੇ ਦਿੱਤਾ, ਮਜ਼ਾਕ ਕਿਤੇ ਰੰਗ ਲੱਥ ਗਿਆ ਹੋਵੇ ਉਹਦਾ, ਕਿਤੇ ਹੁਣ ਵੀ ਲਸ਼ ਲਸ਼ ਕਰਦਾ ਕਿਤੇ ਉਹ ਸੂਟ। ਮੇਰੇ ਭਰਾ ਦੇ ਵਿਆਹ 'ਚ ਭਾਵੇਂ ਭੈਣ ਜੀ ਉੱਥੇ ਦਾਲ ਸਬਜ਼ੀ ਘੱਟ ਹੀ ਗਈ, ਭਾਵੇਂ ਉਹਨਾਂ ਦੁਬਾਰਾ ਮੂੰਗੀ ਮਸਰ 'ਚ ਇੱਦਾਂ ਪਾਣੀ ਘੋਲ ਕੇ ਖਵਾਇਆ, ਪਰ ਇੱਜ਼ਤ ਮਾਨ ਤਾਂ ਕੀਤਾ ਨਾ। ਇੱਥੇ ਇੱਧਰ ਸਹੁਰਿਆਂ ਨੇ ਤਾਂ ਪਤਾ ਨਹੀਂ ਕਿਹੜੇ ਕਾਜੂ ਬਦਾਮਾਂ ਵਾਲੀਆਂ ਸਬਜ਼ੀਆਂ ਵੀ ਬਣਾਈਆਂ, ਕਿਤੇ 36 ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ। ਇੰਨੀਆਂ ਚੀਜ਼ਾਂ ਬਣਾਉਣ ਦਾ ਭਲਾ ਕੀ ਆ ਹੈਂ, ਜਦੋਂ ਤੁਸੀਂ ਪੁੱਛਣਾ ਹੀ ਨਹੀਂ ਕਿਸੇ ਨੂੰ। ਭਰਾ ਮੇਰੇ ਦੇ ਵਿਆਹ 'ਤੇ ਵੇਖ ਲਾ, ਭਾਵੇਂ ਉਹਨਾਂ ਦਾ ਨਹੀਂ ਟਾਈਮ ਹੈਗਾ, ਕਿਸੇ ਨੇ ਮੈਨੂੰ ਚੱਲ ਨਹੀਂ ਕਿਸੇ ਕੋਲ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕਿਆ ਗਿਆ, ਪਰ ਸਾਰੇ ਇੱਕ ਦੂਜੇ ਨੂੰ ਸੈਡ ਤਾਂ ਮਾਰਦੇ ਸੀ ਵੀ ਆਹ ਭੈਣ ਆ, ਆਹ ਭੈਣ ਆ। ਅਤੇ ਆਹ ਸਹੁਰਿਆਂ ਵੱਲ ਵੇਖ ਲਾ, ਇਹਨਾਂ ਦੇ ਜਿੰਨੇ ਆ ਛੋਟੇ ਸਾਰੇ ਮੇਰੇ ਨਾ ਪੈਰਾਂ ਨੂੰ ਹੱਥ ਲਾ ਲਾ ਉਹਦਾ ਮੱਥਾ 'ਤੇ ਟੇਕਣ, ਪਰ ਇੱਕ ਵਾਰ ਨਹੀਂ ਮੈਨੂੰ ਕਿਸੇ ਨੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਵੀ ਠੀਕ ਆ, ਸਿਹਤ ਆ ਕਿੱਦਾਂ, ਮੇਰਾ ਪਿੱਛੇ ਜਿਹਾ ਗੋਡਾ ਟੁੱਟ ਗਿਆ, ਕਿਸੇ ਨੇ ਨਹੀਂ ਮੈਨੂੰ ਪੁੱਛਿਆ ਆਣ ਕੇ। ਇੱਥੋਂ ਪਤਾ ਲੱਗਦਾ ਭੈਣ ਜੀ ਕੌਣ ਚੰਗਾ ਕੌਣ ਮਾੜਾ। ਉਹ ਵੇਲਾ ਜਿਹੜੀ ਮੇਰੇ ਪੇਕੇ ਘਰ ਨਵੀਂ ਵਿਆਹੀ ਆਈ ਆ, ਕਿਤੇ ਭੈਣ ਜੀ ਪੜ੍ਹੀ ਲਿਖੀ ਕੁੜੀ, ਕਿਤੇ ਇੰਨੇ ਸੋਹਣੇ ਉਹਦੇ ਵਾਲ, ਕਿਤੇ ਭੈਣ ਜੀ ਕਿਸੇ ਨਾਲ ਗੱਲ ਨਾ ਕਰੇ ਉਹ, ਤੇ ਪੜ੍ਹੀ ਲਿਖੀ ਹੈ ਨਾ, ਕਿਤੇ ਇੱਦਾਂ ਗੱਲ ਕਰਦੀਆਂ, ਕਿਤੇ ਆਪਣੇ ਕਿਤੇ ਮਾਰ ਇੱਦਾਂ ਰਹੇ। ਇੱਕ ਵਾਰ ਨਹੀਂ ਮੈਨੂੰ ਉਹਨੇ ਬਾਹਰ ਆਣ ਕੇ ਕਿਹਾ ਵੀ ਤੁਸੀਂ ਕੌਣ ਹੋ ਕੌਣ ਨਹੀਂ, ਅਤੇ ਕਿਤੇ ਤਾਂ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਕਿਹਾ ਇੰਨਾ ਪੜ੍ਹਿਆ ਲਿਖਿਆ। ਤੈਂ ਵੇਖਲਾ ਇੱਧਰ ਓਮਤਰੀ ਆਈ, ਵਾਲ ਜਮ ਤੇਰੇ ਸਿੱਧੇ ਜੇ ਕੀਤੇ ਆ, ਤਾਂ ਸਵੇਰੇ ਸਵੇਰੇ ਉੱਠ ਕੇ ਆਣ ਕੇ ਮੇਰੇ ਪੈਰਾਂ ਨੂੰ ਹੱਥ ਲੱਗ ਪੈ ਗਿਆ, ਤਾਂ ਮੈਂ ਹਾਂ ਹੈ, ਮੈਂ ਕਿਹਾ ਆਹ ਪੜ੍ਹੀ ਲਿਖੀ ਆਉਂਦੇ, ਮੈਂ ਹਾਂ ਆਉਂਦੇ ਆਣ ਕੇ ਕਰੀ ਜਾਵੇ, ਕੀ ਹਾਲ ਹੈ ਪੁੱਛੀ ਜਾਵੇ ਮੈਨੂੰ, ਕੀ ਹਾਲ ਹੈ, ਕਿੱਥੋਂ ਆ, ਕੀ ਹਿਸਾਬ ਕਿਤਾਬ ਆ ਤੁਹਾਡਾ, ਹੋਦਿਆ ਮੈਂ ਕਿਹਾ ਆਹ ਲਿਆਉਂਦੇ ਤੁਸੀਂ, ਉਹ ਆਣ ਕੇ ਵਿੱਚ ਹੀ ਵੜੀ ਜਾਵੇ ਸਾਡੇ, ਵਿੱਚ ਹੀ ਮੈਨੂੰ ਪੁੱਛੀ ਜਾਵੇ ਤੁਹਾਨੂੰ, ਤੁਸੀਂ ਤੁਹਾਨੂੰ ਕੁਝ ਚਾਹੀਦਾ ਤਾਂ ਨਹੀਂ, ਤੁਸੀਂ ਪਾਣੀ ਤਾਂ ਨਹੀਂ, ਮੈਂ ਕਿਹਾ ਨਹੀਂ ਨਹੀਂ ਪੀਣਾ ਪਾਣੀ, ਮੈਂ ਪਾਣੀ ਪੀਣਾ ਪਾਣੀ ਪੀਣਾ। ਆਹ ਤਾਂ ਕਿਤੇ ਭੈਣ ਜੀ ਅੱਜ ਤਾਂ ਗੱਲ ਗੱਲਾਂ ਚੱਲਦੀਆਂ। ਫਿਰ ਮੇਰੇ ਭਰਾ ਦੇ ਵਿਆਹ 'ਤੇ ਵੇਖ ਮੈਨੂੰ ਜਾਣ ਲੱਗਿਆ, ਨਹੀਂ ਡੱਬਾ ਸਰਿਆ, ਨਹੀਂ ਭਾਜੀ ਸਰੀ, ਚੱਲ ਕੋਈ ਗੱਲ ਨਹੀਂ ਮੈਨੂੰ, ਪਰ ਉਹਨਾਂ ਨੇ ਕਿਹਾ ਵੀ ਤੂੰ ਪਹੁੰਚ ਉੱਥੇ, ਤੈਨੂੰ ਪਹੁੰਚ ਪਹੁੰਚਾ ਦਾਂਗੇ ਹੈ ਨਾ। ਅਤੇ ਮੈਨੂੰ ਤਾਂ ਕਿਤੇ ਇੰਨੇ 'ਚ ਕਿਤੇ ਠੰਡ ਪੈ ਗਈ ਹੈ, ਅਤੇ ਇੱਧਰ ਜਦੋਂ ਮੈਂ ਉੱਥੋਂ ਛੱਡ ਕੇ ਇੱਧਰ ਆਪਣੇ ਸ਼ਹਿਰ ਘਰ ਨੂੰ ਤੁਰੀ ਆਵਾਂ, ਤਾਂ ਕਿਤੇ ਮੈਨੂੰ ਇੰਨੀਆਂ ਤਰੀਆਂ ਚੀਜ਼ਾਂ ਬੰਨ੍ਹ ਦਿੱਤੀਆਂ, ਕਿਤੇ ਮੇਰਾ ਤਾਂ ਸਾਹ ਨਾ ਨਿਕਲੇ, ਮੈਂ ਕਿਹਾ ਮੇਰਾ ਕੀ ਜਲੂਸ ਕੱਢਿਆ ਤੁਸੀਂ, ਇੱਦਾਂ ਆਓ ਭਗਤ ਕਰੀ ਦੀ ਆ, ਕਿਤੇ ਹਾਦੀ ਮੁੱਕ ਗਈ ਆ, ਕਿਤੇ ਹੈ ਨਹੀਂ ਭੈਣ ਜੀ ਕੋਈ ਗੱਲ ਕਰਨ ਵਾਲੀ, ਲਹੂ ਸਫੈਦ ਹੋ ਗਏ ਲੋਕਾਂ ਦੇ। ਨਾਲੇ ਮੈਂ ਇੰਨੀ ਵਾਰੀ ਇਹਨਾਂ ਨੂੰ ਕਿਹਾ ਵੀ ਸਾਨੂੰ ਪੁੱਛਦੇ ਰਿਸ਼ਤਾ ਕਰਦੇ ਪੁੱਛਦੇ ਕਰ, ਨਹੀਂ ਕੀਤਾ ਨਹੀਂ ਕੀਤਾ, ਮੇਰਾ ਤਾਂ ਕਿਤੇ ਖੂਨ ਖੋਲਿਆ ਪਿਆ ਜਿੱਦ ਜਿਹੜੀ ਸਿੱਧੀ ਗੱਲ ਆ।